ਸਰਦਾਰਨੀ ਸੁਰਿੰਦਰ ਕੌਰ ਰੰਧਾਵਾ ਸੁਪਤਨੀ ਰਿਟਾਇਰਡ ਡੀਐਸਪੀ ਸਰਦਾਰ ਪੂਰਨ ਸਿੰਘ ਜੀ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਸਮਾਜ ਕਦੇ ਵੀ ਨਹੀਂ ਭੁੱਲ ਸਕਦਾ। ਆਪ ਜੀ ਬਹੁਤ ਹੀ ਸ਼ਾਂਤ ਅਤੇ ਮਿੱਠ ਬੋਲਦੇ ਸੁਭਾਅ ਦੇ ਮਾਲਕ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਇਨਸਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਸਨ ਅਤੇ ਆਪ ਜੀ ਦੇ ਚੰਗੇ ਸੰਸਕਾਰ ਆਪ ਜੀ ਦੇ ਬੱਚਿਆਂ ਵਿੱਚ ਵੀ ਵੇਖੇ ਜਾ ਸਕਦੇ ਹਨ। ਆਪ ਜੀ ਦੇ ਬੇਟੇ ਸਰਦਾਰ ਨਵਦੀਪ ਸਿੰਘ ਜੀ ਜੋ ਕਿ ਐਡਵੋਕੇਟ ਹਨ, ਮਿੱਠ ਬੋਲੇ ਸੁਭਾਅ ਦੇ ਮਾਲਕ ਹਨ ਅਤੇ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲੇ ਇਨਸਾਨ ਹਨ। ਸਰਦਾਰਨੀ ਸੁਰਿੰਦਰ ਕੌਰ ਰੰਧਾਵਾ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਰਿਟਾਇਰਡ ਡੀਐਸਪੀ ਸਰਦਾਰ ਪੂਰਨ ਸਿੰਘ ਰੰਧਾਵਾ, ਸਰਦਾਰ ਨਵਦੀਪ ਸਿੰਘ ਜੀ ਐਡਵੋਕੇਟ, ਸਰਦਾਰਨੀ ਰਜਵੰਤ ਕੌਰ, ਨਵਰੂਪ ਸਿੰਘ ਰੰਧਾਵਾ, ਮਾਨਵ ਰੂਪ ਸਿੰਘ ਰੰਧਾਵਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੋਨੀ ਪੈਲੇਸ ਸੰਗਤਪੁਰਾ ਰੋਡ ਫਤਿਹਗੜ੍ਹ ਚੂੜੀਆਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਜਨਮ ਆਪਾ ਜੁੜੇ
ਸਰਦਾਰ ਭਗਤ ਸਿੰਘ ਜਿੰਦਾਬਾ ਜੀ ਅੰਮ੍ਰਿਤਸਰ ਸਾਹਿਬ, ਅਸੀਂ ਉਹਨਾਂ ਦੀ ਸ਼ਖਸੀਅਤ ਤੋਂ ਜਾਣੂ ਹਾਂ ਕਿ ਮਾਂ ਨੇ ਕੈਸੇ ਸੰਸਕਾਰ ਜਿਹੜੇ ਉਸ ਇਹਨਾਂ ਬੱਚਿਆਂ ਵਿੱਚ ਭਰੇ ਨੇ, ਉਹਨਾਂ ਸੰਸਕਾਰਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਕੈਸੀ ਮਾਂ ਹੋਵੇਗੀ ਜਿਸ ਨੇ ਐਸਾ ਪਰਿਵਾਰ ਜਿਹੜਾ ਉਹ ਸਾਡੇ ਸਮਾਜ ਨੂੰ ਦਿੱਤਾ ਹੈ। ਬਹੁਤ ਸੇ ਬੁਲਾਰੇ ਸਾਡੇ ਕੋਲ ਆਏ ਨੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਸਰਦਾਰ ਭਗਤ ਸਿੰਘ ਰੰਧਾਵਾ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਰਿਸ਼ਤੇਦਾਰ ਸਰਦਾਰ ਅਮਰਜੀਤ ਸਿੰਘ ਜੀ ਗੁਰਦਾਸਪੁਰ ਜੀ ਉਹ ਦੋ ਮਿੰਟ ਆਉਣਗੇ ਅਤੇ ਜੋ ਇਸ਼ਰਤਾ ਦੇ ਅਸੀਂ ਇਸ ਸਮਾਰੋਹ ਵਿੱਚ ਇਕੱਠੇ ਹੋਏ ਹਾਂ ਉਹ ਸ਼ਰਤਾ ਦੇ ਤੌਰ 'ਤੇ ਭੇਟ ਕਰਾਂਗੇ ਸਰਦਾਰ ਅਮਰਜੀਤ ਸਿੰਘ ਜੀ ਗੁਰਦਾਸਪੁਰ। ਉਸ ਤੋਂ ਬਾਅਦ ਮੇਰਾ ਸਰਦਾਰ ਵੀਰ ਜੀ ਬਬਲੂ ਜੀ ਜਿਨ੍ਹਾਂ ਦੇ ਫਾਦਰ ਸਾਡੇ ਕਾਂਗਰਸ ਦੇ ਸਿੱਟੀ ਪ੍ਰਧਾਨ ਨੇ, ਸ਼ਹਿਰ ਦੀ ਕਾਂਗਰਸ ਵੱਲੋਂ ਉਹਨਾਂ ਦੇ ਫਾਦਰ ਆਏ ਨੇ ਇਸ ਚੱਕਰ ਉਹਨਾਂ ਦੀ ਜਗ੍ਹਾ ਬਬਲੂ ਜੀ ਹਾਜ਼ਰ ਕਰਨਗੇ, ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਹੁਣ ਸਰਦਾਰ ਅਮਰਜੀਤ ਸਿੰਘ ਜੀ ਗੁਰਦਾਸਪੁਰ ਜੀ ਵੀ ਕੋਈ ਨੇਕ ਇਨਸਾਨ ਸਾਨੂੰ ਵਿਛੋੜਾ ਦੇ ਕੇ ਚਲਾ ਗਿਆ, ਐਸੀ ਸ਼ਖਸੀਅਤ ਦੇ ਮਾਲਕ ਸਾਨੂੰ ਸਾਡੇ ਆਂਟੀ ਜੀ ਨੂੰ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਅਕਸਰ ਅਸੀਂ ਸੁਣਦੇ ਹਾਂ ਕਿ ਕਿਸੇ ਦੀ ਡੈਥ ਹੁੰਦੀ ਹੈ, ਸਭ ਤੋਂ ਪਹਿਲਾਂ ਜੇ ਕਿਸੇ ਬਜ਼ੁਰਗ ਦੀ ਡੈਥ ਹੋਏ ਚਲੋ ਪੁੱਛਦੇ ਹਾਂ ਸਾਰੇ ਕਿੰਨੀ ਉਮਰ ਸੀ। ਮੇਰੇ ਮੁਤਾਬਕ ਮਾਂ ਜਿਸ ਦੀ ਵੀ ਜਾਂਦੀ ਹੈ ਜਾਂ ਕਿਸੇ ਦਾ ਵੀ ਕੋਈ ਜੀਵ ਵਿਛੜਦਾ ਉਸ ਪਰਿਵਾਰ ਦੇ ਵਾਸਤੇ ਦੀ ਉਮਰ ਮੈਨੇ ਨਹੀਂ ਰੱਖਦੀ, ਕਿਉਂਕਿ ਮਾਂ ਦੀ ਉਮਰ ਕਦੇ ਵੀ ਬੁੜੀ ਨਹੀਂ ਹੁੰਦੀ। ਮਾਂ 100 ਸਾਲ ਦੀ ਵੀ ਹੋ ਜਾਏ, 110 ਸਾਲ ਦੀ ਵੀ ਹੋ ਜਾਏ, ਜਦੋਂ ਤੱਕ ਉਹਦਾ ਪੁੱਤਰ ਘਰ ਨਾ ਆ ਰਹੀ ਉਹਦਾ ਧਿਆਨ ਉਹਦੇ ਗੇੜ ਕੇ ਲੱਗਾ ਰਹਿੰਦਾ। ਕੱਲ੍ਹ ਅਸੀਂ ਬੈਠੇ ਸੀ ਲੱਗੇ ਭਾਈ ਦੇ ਨਾਲ, ਯਾਦਾਂ ਹੀ ਰਹਿ ਗਈਆਂ, ਉਹ ਵੀ ਯਾਦਾਂ ਆਪਸ ਦੇ ਵਿੱਚ ਗੱਲਾਂ ਕਰਦੇ ਪਏ ਸੀ। ਕਹਿੰਦੇ ਸਮਝ ਨਹੀਂ ਆਈ ਵੀ ਇਹ ਤਾਂ ਵਧੀਆ ਵਾਸਤੇ ਹਾਂ ਪਰ ਆਪਣਾ ਜੀ ਉੱਥੇ ਛੱਡ ਆਏ ਹਾਂ। ਗੱਲਾਂ ਮਾਤਾ ਜੀ ਬਾਰੇ ਹੋਈਆਂ, ਉਹਨਾਂ ਨੇ ਦੱਸਿਆ ਕਹਿੰਦੇ ਰਾਤ 2 ਵਜੇ 3 ਵਜੇ ਜੇ ਕਿਤੇ ਬਾਹਰ ਆਉਣਾ ਅਤੇ ਫੋਨ 2-3 ਵਾਰ ਜ਼ਰੂਰ ਕਰਨਾ ਕਿ ਕਿੱਥੇ ਪਹੁੰਚ ਗਏ ਕਦੋਂ ਘਰ ਆਉਣਾ। ਇਹ ਮਾਤਾ ਪਿਆਰ, ਇਹ ਮਾਨ ਮਮਤਾ ਜਿਹਨੂੰ ਅਸੀਂ ਕਦੀ ਉਮਰ ਨਾਲ ਤੋੜ ਨਹੀਂ ਸਕਦੇ, ਇਸ ਚੀਜ਼ ਨੂੰ ਉਮਰ ਦੀ ਪਰਵਾਹ ਨਹੀਂ ਹੁੰਦੀ, ਮਾਂ ਦੀ ਮਮਤਾ ਕਦੀ ਬੁਰੀ ਨਹੀਂ ਹੁੰਦੀ। ਮਾਂ ਦਾ ਜੇ ਫਲਸਫਾ ਕਰਨਾ ਹੋਵੇ ਤਾਂ ਕਿਸੇ ਸ਼ਾਇਰ ਨੇ ਲਿਖਿਆ ਹੈ, ਅੱਖਾਂ ਦੇ ਵਿੱਚ ਨੂਰ ਭੁਲਾ ਮੁੱਖ ਤੇ ਰਹਿਣ ਦੁਆਵਾਂ, ਗੁਰਦੀ ਦੇ ਵਿੱਚ ਮਮਤਾ ਵਸਦੀ ਦਾਤਨ ਵਿੱਚ ਫਿਜਾਵਾਂ। ਔਰ ਜਿਸ ਕਰਕੇ ਮੈਂ ਦੁਨੀਆਂ ਵੇਖੀ ਰੱਬਾ ਰਹਿਣ ਦਿੰਦੀਆਂ ਮਾਵਾਂ, ਰੱਬਾ ਰਹਿਣ ਦਿੰਦੀਆਂ ਮਾਵਾਂ। ਜਦੋਂ ਵੀ ਇਨਸਾਨ ਇਸ ਸੰਸਾਰ 'ਤੇ ਆਉਂਦਾ ਹੈ ਸਾਰਿਆਂ ਨੇ ਕਿਉਂ ਜਾਣਾ, ਪਰ ਜਿਹੜਾ ਮਾਂ ਦਾ ਰੁਤਬਾ ਹੈ, ਮਾਂ ਦਾ ਘਾਟਾ ਹੈ, ਉਹ ਜਿਉਂਦੇ ਦੀ ਜਿਸ ਸਰੀਰ ਦੇ ਨਾਲ ਜਿਸ ਪਰਿਵਾਰ ਦੇ ਨਾਲ ਇਹ ਭਾਣਾ ਵਰਤਦਾ ਹੈ, ਅਸੀਂ ਇੱਥੇ ਉਹਨਾਂ ਨੂੰ ਤਰਾਸ ਦੇ ਕੇ ਤੁਰ ਜਾਵਾਂਗੇ। ਪਰ ਇਹ ਜਗਤੇਜ ਸਿੰਘ ਰੰਧਾਵਾ ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਪਤੀ, ਉਹਨਾਂ ਨੂੰ ਜਿਵੇਂ ਜਿਵੇਂ ਪਰਿਵਾਰ ਦੇ ਵਿੱਚ ਕੋਈ ਗਤੀਵਿਧੀਆਂ ਹੋਣਗੀਆਂ, ਕੋਈ ਸਮਾਗਮ ਹੋਵੇਗਾ, ਕੋਈ ਖੁਸ਼ੀ ਖਮੀ ਦਾ ਦਿਨ ਆਏਗਾ, ਇਹ ਮਾਂ ਰੰਧਾਵਾ ਪਰਿਵਾਰ ਦਾ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਇਹਨਾਂ ਦੇ ਪਰਿਵਾਰ ਨੇ ਸਮਾਜ ਦੇ ਵਿੱਚ ਹਰ ਥਾਂ ਦੇ ਉੱਤੇ ਤਰੱਕੀ ਦੀਆਂ ਮੰਜ਼ਲਾਂ ਛੋੜੀਆਂ ਨੇ। ਮੇਰਾ ਦੋਸਤ ਪਿਛਲੇ ਲੰਬੇ ਸਮੇਂ ਤੋਂ ਜਤਿੰਦਰ ਪਾਲ ਸਿੰਘ, ਜਿਹਨੂੰ ਅਸੀਂ ਪਿਆਰ ਨਾਲ ਰੋਗੀ ਕਹਿੰਦੇ ਹਾਂ, ਉਹ ਵੀ ਇਹਨਾਂ ਦੇ ਪਰਿਵਾਰ ਤੋਂ ਮੈਨੇਜਰ ਵਜੋਂ ਰਿਟਾਇਰ ਹੋਏ। ਹੋਰ ਵੀ ਇਹਨਾਂ ਦੇ ਪਰਿਵਾਰ ਦੇ ਅੱਛੇ ਅੱਛੇ ਅਹੁਦੇ ਅਤੇ ਸਮਾਜ ਦੇ ਵਿੱਚ ਐਜੇ ਐਡਵੋਕੇਟ ਜਿਸ ਤਰ੍ਹਾਂ ਨਿਕਲ ਰਹੇ ਆ, ਮੌਕਾ ਮਿਲਦਾ ਜਦੋਂ ਲੋਕਾਂ ਦੇ ਨਾਲ ਮਿਲ ਸਕੇ ਗੱਲ ਕਰਨ ਦਾ। ਇਹ ਨੌਜਵਾਨਾਂ ਦੀ ਬਾਂਹ ਫੜਦੇ ਨੇ, ਜਦੋਂ ਤੋਂ ਇਹਨਾਂ ਨੇ
सारे संस्कार माता जी को इन्होंने मिले ने और उन्होंने अपने परिवार के इन्होंने चंगी विद्या दे के समाज के विचरण का मौका मिलया। नगर कौंसल वालों उन्होंने इतनी सेवा की और इन्होंने पिता जी सरदार पूरन सिंह ये भी सारे समाज के जिस तरह बिखरते रहे बहुत बहुत शुक्रिया। बेनती है मेरे छाते वाहू जी को खालसा।